पहुंचे आप पिंड महराज दे विच भाई गगने कोले पंजाब स्टड फार्म ते ते तीजी पीढ़ी भाई नशे ने बर्बाद करती, चौथी पीढ़ी जहाज चाढ़ती, जिहड़ी पंजवी पीढ़ी है घोड़िया ने बचाली भाई अपनी। हुण जे मैनू भी भाई घोड़िया का शौक ना पैंदा मैं भी चौथी पीढ़ी च मुक जाना सी, बाहर भग जाना सीगा। आपां घोड़िया दा करके इत्थे पंजाब च भाई आपां नूं शौक वधिया। ते बाकी भाई आपां देखदे आं भी अपने छोटे बच्चे नूं भी बड़ा शौक आ ना, इहने कुत्ते कत्ते रख्या जो ते घोड़ियां दा फिर इहनूं पूरा शौक आ। हाँ भाई पूरा शौक है इहनूं। ਸਤਿ ਸ਼੍ਰੀ ਅਕਾਲ ਬੇਲੀਓ, ਅੱਜ ਪਹੁੰਚੇ ਆਪਾਂ ਪਿੰਡ ਮਹਰਾਜ ਦੇ ਵਿੱਚ ਬਾਈ ਗਗਨੇ ਕੋਲ ਪੰਜਾਬ ਸਟੱਡ ਫਾਰਮ 'ਤੇ, ਅਤੇ ਆਪਾਂ ਕਰਦੇ ਹਾਂ ਬਾਈ ਨਾਲ ਗੱਲਾਂ ਬਾਤਾਂ। ਬਾਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ। ਹਾਂਜੀ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਬਾਈ, ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਫਾਰਮ 'ਤੇ ਪਹੁੰਚਣ 'ਤੇ। ਗਗਨੇ ਬਾਈ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਭਰਾ, ਅਤੇ ਆਪਣੇ ਫਾਰਮ 'ਤੇ ਕਿੰਨੇ ਜਾਨਵਰ ਆ ਟੋਟਲ? ਹੋਣਾ ਆਪਣੇ 'ਤੇ ਬਾਈ ਚਾਰ ਜਾਨਵਰ ਨੇ, 3 ਘੋੜੀਆਂ 1 ਵਛੇਰਾ। ਠੀਕ ਆ ਭਰਾ। ਹਾਂਜੀ ਬਾਈ, ਅਤੇ ਜੇ ਆਪਾਂ ਗੱਲ ਕਰੀਏ ਗਗਨੇ ਵੀ ਕਿੰਨਾ ਟਾਈਮ ਹੋ ਗਿਆ ਭਰਾ ਆਪਾਂ ਨੂੰ ਇਸ ਫੀਲਡ 'ਚ ਆਇਆਂ ਨੂੰ? ਆਪਾਂ ਨੂੰ ਬਾਈ 4-5 ਸਾਲ ਹੋ ਗਏ ਬਾਈ। 4-5 ਸਾਲ ਹੋ ਗਏ। ਹਾਂਜੀ ਬਾਈ, ਅਤੇ ਕਿੰਨੇ ਜਾਨਵਰਾਂ ਤੋਂ ਸਟਾਰਟ ਕੀਤਾ ਸੀ ਭਰਾ? 1 ਘੋੜੀ ਤੋਂ ਕਰਿਆ ਸੀ ਬਾਈ। 1 ਘੋੜੀ ਤੋਂ? ਹਾਂ ਬਾਈ। ਉਸ ਤੋਂ ਬਾਅਦ ਫਿਰ ਆਉਂਦੇ ਰਹੇ ਬਾਈ, ਸਾਣ ਘੋੜਾ ਵੀ ਰਹਿ ਕੇ ਗਿਆ ਆਪਣੇ ਕੋਲੇ। ਠੀਕ ਆ ਭਰਾ। ਹਾਂਜੀ ਬਾਈ, ਅਤੇ ਜੇ ਆਪਾਂ ਗੱਲ ਕਰੀਏ ਬਾਈ ਆਪਣੀ ਸਭ ਤੋਂ ਪਹਿਲਾਂ ਆਪਣੇ ਆ ਵਛੇਰੇ ਦੀ, ਕਿਹੜੀ ਬਲੱਡ ਲਾਈਨ ਦਾ ਭਰਾ ਇਹ? ਇਹ ਬਾਈ ਮਹਾਰਾਜੇ ਘੋੜੇ ਦਾ, ਬਾਦਲਾਂ ਵਾਲੇ ਦਾ। ਬਾਦਲਾਂ ਵਾਲੇ ਦਾ ਕਿੰਨੇ ਟਾਈਮ ਦਾ ਹੋ ਗਿਆ ਭਰਾ? ਇਹ ਬਾਈ 7 ਮਹੀਨਿਆਂ ਦਾ ਹੋ ਗਿਆ। 7 ਮਹੀਨੇ ਦਾ। ਕੱਦ ਕਾਠ ਦੇਖਿਆ ਬਾਈ, ਬਾਕੀ ਕੰਨਾਂ ਦੀ ਕੰਡੀਸ਼ਨ ਹੈ ਨਾ, ਹਾਈਟ ਵੇਲ ਵੂਲ ਬਹੁਤ ਚੰਗੀ ਆ ਵਛੇਰੇ ਦੀ? ਹਾਂਜੀ ਬਾਈ, ਇਹਦੀ ਮਾਂ ਬਹੁਤ ਚੰਗੀ ਆ, ਬਾਕੀ ਬਾਈ 3.5 ਇੰਚ ਦੀ ਆ ਬਾਈ, ਅਮਰਜੀਤ ਕੋਲੇ ਨਥਾਣੇ ਸਰਪੰਚ ਕੋਲੇ। ਠੀਕ ਆ ਬਾਈ, ਇਹ ਆਪਣੇ ਘਰ ਦਾ ਹੀ ਆ ਬੱਚਾ ਬਾਈ ਕਿ ਲਿਆ ਸੀ ਆਪਾਂ? ਬਾਈ ਘਰ ਦਾ ਹੀ ਸਮਝੋ, ਉੱਥੋਂ ਆਇਆ ਸੀ ਵਛੇਰਾ। ਠੀਕ ਆ ਭਰਾ। ਹਾਂ, ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਾਈ ਆਪਣੀ ਲਾਲ ਚੰਬੀ ਘੋੜੇ ਦੀ, ਹਾਂਜੀ ਬਾਈ, ਇਹਦੀ ਕੀ ਡਿਟੇਲ ਆ ਭਰਾ? ਇਹ ਬਾਈ ਆਪਣੇ ਕੋਲੇ ਬਹੁਤ ਟਾਈਮ ਦੀ ਆ ਘੋੜੀ, ਇਹ ਹੁਣ ਚੇਤਕ ਤੋਂ ਕੱਲਾਂ ਵਾਲੇ ਤੋਂ ਗੱਬਣ ਆ, ਇਹਦੇ ਪਿੱਛੋਂ ਨੁਕਰੀ ਵਛੇਰੀ ਸੀ ਉਹ ਆਪਾਂ ਸੇਲ ਕਰਤੀ ਬਾਈ। ਠੀਕ ਆ ਬਾਈ। ਹਾਂਜੀ ਬਾਈ, ਅਤੇ ਇੱਕ ਜਿਹੜੀ ਤੁਸੀਂ ਕਹਿੰਦੇ ਸੀ ਭਰਾ ਵੀ ਆਪਣੀ ਘੋੜੀ ਮਿਲਾਉਣ ਵਾਸਤੇ ਗਈ ਵੀ ਹੈ ਨਾ? ਇੱਕ ਨੁਕਰੀ ਘੋੜੀ, ਹਾਂ ਬਾਈ, ਬਾਈ ਬਿੰਦਰ ਕੋਲੇ ਮਲੂਕੇ ਮਿਲਾਉਣ ਖਾਤਰ ਭੇਜੀ ਹੋਈ ਆ। ਠੀਕ ਆ ਭਰਾ। ਹਾਂ ਬਾਈ, ਅਤੇ ਇੱਕ ਜਿਹੜੀ ਬਾਈ ਆਪਾਂ ਨੂੰ ਸਭ ਤੋਂ ਵੱਧ ਖੁਸ਼ੀ ਹੋਈ ਜਿਹੜੀ ਆਪਣੇ ਕੋਲੇ ਮਨਾਖੀ ਘੋੜੀ ਆ ਨਾ? ਹਾਂਜੀ ਬਾਈ, ਤਾਂ ਉਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਆਪਣੇ ਕੋਲੇ ਆਇਆ? ਉਹਨੂੰ ਬਾਈ ਆਪਣੇ ਕੋਲੇ ਥੋੜਾ ਟਾਈਮ ਹੀ ਹੋਇਆ ਜੀ, ਨੂੰ ਹੁਣ ਸੂਈ ਸੀਗੀ ਉਹਦਾ ਬੱਚਾ ਬਾਈ ਐਕਸਪਾਇਰ ਹੋ ਗਿਆ ਜੀ। ਹਾਂ, ਥੋੜੇ ਕੁ ਦਿਨ ਹੋ ਗਏ, 3-4 ਦਿਨ। ਠੀਕ ਆ ਭਰਾ। ਹਾਂ ਬਾਈ, ਹੁਣ ਦੁਬਾਰੇ ਉਹ ਮੇਟ ਕਰਾਈ ਹੋਈ ਆ। ਇਹ ਕਿਵੇਂ ਬਾਈ ਖਿਆਲ ਆਇਆ? ਆਪਾਂ ਦੇਖਦੇ ਹਾਂ ਵੀ ਜ਼ਿਆਦਾ ਜਿਹੜੇ ਵੱਡੇ ਫਾਰਮਾਂ ਦਾ ਕਹਿਣਾ ਵੀ ਜੇ ਮਨਾਖੀ ਘੋੜੀ ਫਾਰਮ ਦੇ ਵਿੱਚ ਹੋਵੇ ਹੈ ਨਾ, ਇੱਕ ਤਾਂ ਵਾਧਾ ਬਹੁਤ ਹੁੰਦਾ ਅਤੇ ਬਾਕੀ ਇਹਦੀ ਸਭ ਤੋਂ ਵੱਡੀ ਸੇਵਾ ਜਿਹੜੀ ਆ ਨਾ ਆਪਣੇ ਫਾਰਮ ਦੇ ਕਰਮ ਵਾਲਿਆਂ ਨੂੰ ਮਿਲਦੀ ਆ ਭਰਾ। ਹਾਂਜੀ, ਇਹ ਕਿਵੇਂ ਸੋਚ ਕੇ ਲਿਆਂਦੀ ਭਰਾ ਮਨਾਖੀ ਘੋੜੀ? ਇਹ ਬਸ ਬਾਈ ਐਂ ਸੋਚ ਕੇ ਲਿਆਂਦੀ ਵੀ ਚੱਲ ਵਿਚਾਰੀ ਦਾ ਪੁੰਨ ਹੈਗਾ ਹੈ ਨਾ, ਇਸੇ ਕਰਕੇ ਲਿਆਂਦੀ। ਇੱਕ ਵਾਰ ਸੋਹਣੀ ਲੱਗੀ ਆਪਾਂ ਨੂੰ ਬਾਈ ਇਹ ਜੀ। ਹਾਂ, ਤੇ ਫਾਰਮ ਬਣਾਏ ਨੂੰ ਭਰਾ ਕਿੰਨਾ ਟਾਈਮ ਹੋ ਗਿਆ ਆਪਣੇ ਨੂੰ? ਬਾਈ ਇਹਨੂੰ 6 ਮਹੀਨੇ ਹੋ ਗਏ ਬਣਾਏ ਨੂੰ। 6 ਮਹੀਨੇ ਹੋ ਗਏ। ਹਾਂ ਬਾਈ, ਅਤੇ ਇੱਕ ਬਾਈ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਲੋਕਾਂ ਦਾ ਜਿਹੜਾ ਰੁਝਾਨ ਆ ਇਸ ਕਿੱਤੇ ਵੱਲ ਬਹੁਤ ਜ਼ਿਆਦਾ ਆ ਰਿਹਾ, ਖਾਸ ਕਰਕੇ ਆਪਣੇ ਨੌਜਵਾਨ ਭਰਾਵਾਂ ਦਾ। ਹਾਂਜੀ ਹਾਂਜੀ ਬਾਈ, ਆਪਣੇ ਨੌਜਵਾਨਾਂ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਧੰਦੇ ਬਾਰੇ ਬਾਈ? ਇਹ ਬਾਈ ਵਧੀਆ ਧੰਦਾ ਹੈ ਨਾ ਬਾਈ, ਸੌਂਕ ਵਾਲਾ ਦੇ ਬੰਦਾ ਘਰੇ ਰਹਿੰਦਾ ਲਾ ਦੇ ਵਧੀਆ ਬਾਈ, ਪਹਿਲਾਂ ਤਾਂ ਚੱਲ ਕੱਲਾ ਸੌਂਕ ਹੀ ਸੀਗਾ, ਹੁਣ ਇਹਦੇ 'ਚ ਆਮਦਨ ਵੀ ਵਧੀਆ ਚੰਗੀ ਹੋ ਰਹੀ ਹੈ ਬਾਈ, ਵਧੀਆ ਸੇਲ ਪਰਚੇਜ ਦਾ ਕੰਮ ਵੀ ਵਧੀਆ ਹੋਈ ਜਾਂਦਾ ਗਾ ਜੀ। ਹਾਂ ਬਾਈ, ਸੌਂਕ ਦੇ ਨਾਲ ਇਨਕਮ ਵੀ ਵਧੀਆ ਆਈ ਜਾਂਦੀ ਆ। ਠੀਕ ਹੈ ਜੀ। ਹਾਂਜੀ, ਆਪਣੇ ਫਾਰਮ 'ਤੇ ਕੋਈ ਬਾਈ ਸੇਲ ਵਾਲਾ ਜਾਨਵਰ ਤਾਂ ਹੈ ਨਹੀਂ? ਨਹੀਂ ਬਾਈ, ਸੇਲ ਵਾਲਾ ਹੈ ਨਹੀਂ ਹੁਣ ਕੋਈ, ਸੇਲ ਕਰਤੀਆਂ 2 ਵਛੇਰੀਆਂ ਸੀਗੀਆਂ ਬਾਈ ਜੀ। ਹਾਂ ਬਾਈ, ਆਉਣ ਵਾਲੇ ਸਮੇਂ 'ਚ ਬਾਈ ਕੀ ਟਾਰਗੇਟ ਆ ਵੀ ਜਾਨਵਰ ਵਧਾਉਣੇ ਆ ਫਾਰਮ 'ਤੇ? ਹਾਂ ਬਾਈ, ਜਾਨਵਰ ਵਧਾਉਣੇ ਆ, 2 ਘੋੜੀਆਂ ਹੋਰ ਲੈਣੀਆਂ, ਲੱਭੀ ਜਾਂਦੇ ਆਗੇ। ਠੀਕ ਆ ਭਰਾ। ਹਾਂਜੀ ਗਗਨੇ ਬਾਈ, ਜੇ ਆਪਾਂ ਸ਼ੌਂਕ ਦੀ ਗੱਲ ਕਰੀਏ ਨਾ, ਹਾਂਜੀ ਬਾਈ, ਆਪਾਂ ਨੂੰ ਜੇ ਕਹਿੰਦੇ ਹੁੰਦੇ ਆ ਵੀ ਜਿਹੜਾ ਸ਼ੌਂਕ ਆ ਉਹ ਬਲੱਡ 'ਚੋਂ ਮਿਲਦਾ ਹੈ ਨਾ, ਆਪਣੀ ਜਿਹੜੀ ਪਿਛਲੀ ਪੀੜ੍ਹੀ 'ਚੋਂ ਮਿਲਦਾ, ਆਪਣੇ ਜੇ ਸ਼ੌਂਕ ਦੀ ਗੱਲ ਕਰੀਏ ਆਪਾਂ ਨੂੰ ਕਿਸ ਤਰ੍ਹਾਂ ਸ਼ੌਂਕ ਲੱਗਿਆ ਭਰਾ? ਸ਼ੌਂਕ ਤਾਂ ਵੀਰ ਆਪਾਂ ਨੂੰ ਇੱਦਾਂ ਹੀ ਲੱਗਿਆ, ਆਪਣੇ ਖੂਨ 'ਚ ਤਾਂ ਕਿਸੇ ਨੂੰ ਸ਼ੌਂਕ ਨਹੀਂ ਸੀਗਾ। ਘੋੜੀ ਦੀ ਗੱਲ ਕਰੀਏ ਤਾਂ ਆਪਣੇ ਹੁਣ ਜਿਵੇਂ ਮੇਰੇ ਡੈਡੀ ਜੀ ਲਾ ਲਓ, ਦਾਦਾ ਜੀ ਲਾ ਲਓ, ਉਹਨਾਂ ਨੇ ਕਦੇ ਘੋੜੀ 'ਤੇ ਚੜ੍ਹ ਕੇ ਵੀ ਨਹੀਂ ਦੇਖਿਆ ਹੋਣਾ, ਰੱਖਣ ਦੀ ਤਾਂ ਗੱਲ ਦੂਰ ਦੀ ਆ। ਆਪਾਂ ਨੂੰ ਵੈਸੇ ਐਂ ਸ਼ੌਂਕ ਲੱਗ ਗਿਆ ਮਿੱਤਰਾਂ ਦੀਆਂ, ਯਾਰ ਮੇਰੇ ਨਾਲ ਪੜ੍ਹਦੇ ਕਾਲਜ ਦੇ ਮੁੰਡੇ, ਉਹਨਾਂ ਦੀਆਂ ਰੱਖੀਆਂ ਹੋਈਆਂ ਸੀ, ਉਹਨਾਂ ਤੋਂ ਲੱਗ ਗਿਆ। ਹੁਣ ਜਿਵੇਂ ਤੁਸੀਂ ਗੱਲ ਕਰਦੇ ਹੋ ਪੀੜ੍ਹੀ ਦੀ ਵੀ, ਆਪਣਾ ਸ਼ੌਂਕ ਕਿੰਨਵੀਂ ਪੀੜ੍ਹੀ 'ਚ ਆ? ਇਹ ਸ਼ੌਂਕ ਬਈ ਆਪਣਾ 5ਵੀਂ ਪੀੜ੍ਹੀ 'ਚ ਵੱਗ ਗਿਆ। ਅੱਛਾ, ਇਹਦਾ ਮਤਲਬ ਵੱਗ ਗਿਆ ਜਿਵੇਂ ਪਹਿਲੀ ਪੀੜ੍ਹੀ ਸੀ ਆਪਣੀ, ਇੱਕ ਪੀੜ੍ਹੀ ਵੰਡ ਨੇ ਖੋਲੀ, ਦੂਜੀ ਪੀੜ੍ਹੀ ਖਾੜਕੂ ਕਹਿ ਮਾਰਤੀ, ਅਤੇ ਤੀਜੀ ਪੀੜ੍ਹੀ ਬਾਈ ਨਸ਼ਿਆਂ ਨੇ ਬਰਬਾਦ ਕਰਤੀ, ਚੌਥੀ ਪੀੜ੍ਹੀ ਜਹਾਜ਼ ਚਾੜ੍ਹਤੀ, ਜਿਹੜੀ 5ਵੀਂ ਪੀੜ੍ਹੀ ਹੈ ਘੋੜਿਆਂ ਨੇ ਬਚਾਲੀ ਬਾਈ ਆਪਣੀ। ਹੁਣ ਜੇ ਮੈਨੂੰ ਵੀ ਬਾਈ ਘੋੜਿਆਂ ਦਾ ਸ਼ੌਂਕ ਨਾ ਪੈਂਦਾ ਮੈਂ ਵੀ ਚੌਥੀ ਪੀੜ੍ਹੀ 'ਚ ਮੁੱਕ ਜਾਣਾ ਸੀ, ਬਾਹਰ ਵਗ ਜਾਣਾ ਸੀਗਾ। ਆਪਾਂ ਘੋੜਿਆਂ ਦਾ ਕਰਕੇ ਇੱਥੇ ਪੰਜਾਬ 'ਚ ਬਾਈ ਆਪਾਂ ਨੂੰ ਸ਼ੌਂਕ ਵਧਿਆ, ਵਿੱਚ ਬਹੁਤ ਨਵੇਂ ਮੁੰਡੇ ਆ ਜਿਹੜੇ ਘੋੜਿਆਂ ਕਰਕੇ ਬਾਈ ਇੱਥੇ ਆਪਣੇ ਨਸ਼ਿਆਂ ਤੋਂ ਰਹਿਤ ਹੋਏ ਆ, ਬਹੁਤ ਆਪਦਾ ਘਰੇ ਰਹਿੰਦੇ ਨੇ, ਵਿੱਚ ਬੰਦੇ ਬਾਹਰੋਂ ਵੀ ਮੁੜ ਕੇ ਆ ਕੇ ਇੱਥੇ ਘੋੜਿਆਂ ਦੇ ਫਾਰਮ ਪਾਇਆ, ਬਹੁਤ ਬੰਦਿਆਂ ਨੇ ਬਾਈ ਘੋੜਿਆਂ ਨੇ ਬਾਈ ਆਪਣਾ ਪੰਜਾਬ ਬਚਾ ਲਿਆ ਬਹੁਤ ਜ਼ਿਆਦਾ, ਨਵੇਂ ਮੁੰਡਿਆਂ ਦਾ ਫਾਇਦਾ ਹੋਇਆ ਬਾਈ ਇਸ ਚੀਜ਼ ਨਾਲ, ਨਸ਼ਿਆਂ ਤੋਂ ਬਚ ਗਏ। ਠੀਕ ਹੈ ਭਰਾ। ਹਾਂ, ਨਵੇਂ
ਠੀਕ ਹੈ ਭਰਾ। ਹਾਂ ਦੇ ਵਿੱਚ ਦੇਖਦੇ ਆ ਵੀ ਆਪਣੇ ਛੋਟੇ ਬੱਚੇ ਨੂੰ ਵੀ ਬੜਾ ਸ਼ੌਂਕ ਆ ਨਾ, ਇਹਨੇ ਕੁੱਤੇ ਕਰਤੇ ਰੱਖਿਆ ਜੇ ਤੇ ਘੋੜਿਆਂ ਦਾ ਫਿਰ ਇਹਨੂੰ ਪੂਰਾ ਸ਼ੌਂਕ ਆ। ਹਾਂ ਬਈ ਪੂਰਾ ਸ਼ੌਂਕ ਆ ਇਹਨੂੰ। ਠੀਕ, ਆਪਣੇ ਕੋਲੇ ਆਪਾਂ ਦੇਖਦੇ ਆ ਕਬੂਤਰ ਵੀ ਆ, ਕੁੱਕੜ ਵੀ ਆ, ਘੋੜੀਆਂ ਵੀ ਆ, ਇਹ ਸਾਰਾ ਸ਼ੌਂਕ ਕਿੰਨੇ ਕੁ ਟਾਈਮ ਤੋਂ ਚੱਲਦਾ ਆ ਰਿਹਾ ਭਰਾ? ਇਹ ਤਾਂ ਬਈ ਦੂਜਾ ਸ਼ੌਂਕ ਤਾਂ ਸਾਰਾ ਬਚਪਨ ਤੋਂ ਹੀ ਆ, ਘੋੜਿਆਂ ਦਾ 4-5 ਸਾਲ ਹੋਏ ਬਈ ਇਹਨੂੰ ਬਈ। ਠੀਕ ਆ ਭਰਾ। ਹਾਂ ਕੁੱਕੜਾਂ ਦਾ ਕਬੂਤਰਾਂ ਦਾ ਤਾਂ ਬਚਪਨ ਤੋਂ ਹੀ ਆ ਬਈ। ਠੀਕ ਆ ਬਈ। ਤੇ ਜਿਹੜੇ ਆਪਣੇ ਕੋਲੇ ਕਬੂਤਰ ਆ ਫਿਰ ਬਈ ਇਹ ਕਿਵੇਂ ਸ਼ੌਂਕ ਵਾਸਤੇ ਹੀ ਰੱਖੇ ਆ ਕਿ ਬਾਜੀਆਂ ਵਾਲੇ ਆ ਭਰਾ? ਬਾਜੀਆਂ ਵਾਲੇ ਬਈ ਛੱਡਦੇ ਆ, ਬਾਜੀਆਂ ਕਬੂਤਰਾਂ ਦੀ ਛੱਡਦੇ ਆ ਫਿਰ ਪੂਰਾ ਹੈ। ਹਾਂਜੀ ਬਈ। ਕਬੂਤਰਾਂ ਵਾਲਿਆਂ ਦੀ ਵੀ ਭਰਾ ਇਹ ਗੱਲ ਸੱਚ ਆ, ਜਿਵੇਂ ਲੋਕ ਕਹਿੰਦੇ ਵੀ ਜਿਹਦੇ ਘਰੇ ਕਬੂਤਰ ਰੱਖਿਆ ਵੀ ਉਹ ਬੰਦਾ ਨਸ਼ੇ ਵਾਲੀ ਨਹੀਂ ਜਾਂਦਾ। ਇਹ ਵੀ ਸੱਚ ਆ ਬਈ, ਟਾਈਮ ਹੀ ਨਹੀਂ ਲੱਗਦਾ ਬਈ, ਹੁਣ ਜਿਵੇਂ ਗਰਮੀ ਦਾ ਸੀਜ਼ਨ ਆ ਗਿਆ, ਹੁਣ ਕਬੂਤਰਾਂ ਦੀਆਂ ਬਾਜੀਆਂ ਚੱਲ ਪੈਣੀਆਂ 3 ਮਹੀਨੇ, ਪੂਰਾ ਬੰਦਾ ਇੱਧਰ ਇਹਨਾਂ ਵੱਲ ਧਿਆਨ ਦਊਗਾ, ਬਾਹਰ ਜਾਣ ਦਾ ਸਮੇਂ ਨਹੀਂ ਰਹਿੰਦਾ ਬਈ। ਠੀਕ ਆ, ਬਾਹਰ ਜਾਂਦਾ ਜਦੋਂ ਬੰਦਾ ਉਹਦੀ ਗਲਤ ਸੰਗਤ 'ਚ ਬਹਿੰਦਾ ਉੱਠਦਾ ਵੀ ਆਪਣਾ ਇੱਕ ਸ਼ੌਂਕ ਵੀ ਲੱਗ ਜਾਂਦਾ ਤੇ ਆਪਾਂ ਕਹਿ ਸਕਦੇ ਆ ਵੀ ਹਾਂ ਨਸ਼ਾ ਹੀ ਆ ਸ਼ੌਂਕ ਦਾ ਵੀ ਬਈ, ਕਬੂਤਰਾਂ ਦਾ ਵੀ ਨਸ਼ਾ ਹੀ ਆ ਭਰਾ। ਹਾਂ ਹਾਂ ਬਈ ਪੂਰਾ ਬਈ। ਠੀਕ ਆ ਭਰਾ। ਹਾਂ ਬਈ। ਤੇ ਜੇ ਬਈ ਆਪਣੇ ਕਿਸੇ ਨਵੇਂ ਭਰਾ ਨੇ ਇਸ ਧੰਦੇ ਦੇ ਨਾਲ ਜੁੜਨਾ ਹੋਵੇ, ਕਈ ਵਾਰੀ ਆਮ ਤੌਰ ਤੇ ਕੀ ਹੁੰਦਾ ਕਿ ਭਰਾ ਕਈ ਵਾਰੀ ਆਪਣੇ ਭਰਾ ਸੋਚਦੇ ਹੁੰਦੇ ਆ ਵੀ ਯਾਰ ਮੈਂ ਪਹਿਲਾਂ ਕਿਸੇ ਦਾ ਫਾਰਮ ਦੇਖਾਂ ਜਾਂ ਕਿਸੇ ਨੇ ਫਾਰਮ ਬਣਾਉਣਾ ਹੋਵੇ ਜਾਂ ਜਾਨਵਰਾਂ ਬਾਰੇ ਜਾਣਕਾਰੀ ਲੈਣੀ ਹੋਵੇ। ਇੱਕ ਵਾਰੀ ਆਪਣੇ ਪਿੰਡ ਦਾ ਭਰਾ ਪ੍ਰੋਪਰ ਐਡਰੈਸ ਦੱਸ ਦਿਓ ਵੀ ਜੇ ਕਿਸੇ ਭਰਾ ਨੇ ਆਪਣੇ ਫਾਰਮ ਤੇ ਆਉਣਾ। ਆਪਣਾ ਵੀ ਮਹਿਰਾਜ ਪਿੰਡ ਹੈਗਾ ਜੀ, ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ, ਸਭ ਨੂੰ ਪਤਾ ਹੀ ਆ ਮਹਿਰਾਜ ਪਿੰਡ ਬਾਰੇ ਜੀ। ਹਾਂ ਬਈ, ਰਾਮਪੁਰਾਪੁਰ ਦੇ ਲਾਗੇ ਪੈਂਦਾ ਆਪਾਂ ਨੂੰ, ਜ਼ਿਲ੍ਹਾ ਬਠਿੰਡਾ ਪੈਂਦਾ ਬਈ। ਠੀਕ ਆ ਭਰਾ। ਹਾਂਜੀ, ਤੇ ਦੋਸਤੋ ਬਾਈ ਦਾ ਨੰਬਰ ਡਿਸਪਲੇ ਤੇ ਚੱਲ ਰਿਹਾ, ਜੇ ਕਿਸੇ ਵੀ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਬਾਈ ਨੂੰ ਫੋਨ ਕਰ ਸਕਦੇ ਹੋ। ਇੱਕ ਬਾਈ ਜਿਹੜੇ ਆਮ ਤੌਰ ਤੇ ਨਵੇਂ ਭਰਾ ਇਸ ਧੰਦੇ ਨਾਲ ਜੁੜਨਾ ਚਾਹੁੰਦੇ ਆ, ਹਾਂਜੀ ਹਾਂਜੀ, ਆਪਾਂ ਅਕਸਰ ਹੀ ਵੀਡੀਓ ਦੇ ਵਿੱਚ ਗੱਲਾਂ ਕਰਦੇ ਹੁੰਦੇ ਆ ਵੀ ਜਿਹੜਾ ਨਵਾਂ ਭਰਾ ਇਸ ਧੰਦੇ ਵੱਲ ਆਉਣਾ ਚਾਹੁੰਦਾ ਉਹ ਕਿਸ ਤਰ੍ਹਾਂ ਦਾ ਜਾਨਵਰ ਲਵੇ, ਗੱਭਣ ਲਵੇ ਜਾਂ ਛੋਟੀ ਵਿਛੇਰੀ ਲਵੇ, ਇਹਦੇ ਬਾਰੇ ਤੁਹਾਡਾ ਕੀ ਰਾਏ ਆ ਭਰਾ? ਇਹ ਤਾਂ ਬਾਈ ਬੰਦੇ ਦੀ ਆਪਦੀ ਸੋਚ ਆ ਗਈ, ਵਿੱਚ ਬੰਦੇ ਡਰਦੇ ਹੁੰਦੇ ਆ ਘੋੜੀ ਤੋਂ ਵੱਡੀ ਤੋਂ ਉਹ ਵਛੇਰੀ ਲੈ ਲੈਂਦੇ ਆ ਹਨਾ ਬਾਈ, ਵੱਧ ਫਾਇਦਾ ਤਾਂ ਗੱਭਣ ਘੋੜੀ 'ਚ ਹੀ ਆ, ਉਹਨੇ ਬੱਚਾ ਵਛੇਰੀ ਲਾਤੀ ਤਾਂ ਚੱਲ ਘੋੜੀ ਫਰੀ ਹੋ ਜਾਂਦੀ ਆ, ਵਛੇਰਾ 'ਤੇ ਤਾਂ ਅੱਧੇ ਪੈਸੇ ਫਰੀ ਹੋ ਜਾਂਦੇ ਆ, ਇਸ ਕਰਕੇ ਗੱਭਣ ਘੋੜੀ 'ਚ ਵੀ ਫਾਇਦਾ ਬਈ। ਬਾਕੀ ਆਪਦਾ ਬਜਟ ਹੁੰਦਾ ਨਾ ਬਈ, ਆਪਦਾ ਬਜਟ ਆ, ਹਾਂ ਬੱਚਾ ਲੈ ਲੈਂਦਾ ਵਿੱਚ ਕੋਈ ਬੰਦਾ ਹਿਸਾਬ ਸਿਰ ਵਾਲਾ। ਠੀਕ ਆ ਬਈ। ਤੇ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਬਈ ਆਪਣੇ ਪੰਜਾਬ ਦੇ ਵਿੱਚ ਸ਼ੋ ਹੋ ਰਹੇ ਆ ਨਾ ਵੱਖੋ ਵੱਖਰੀ, ਜਿਵੇਂ ਪਿਛਲੀ ਵਾਰੀ ਥੋੜ੍ਹਾ ਟਾਈਮ ਪਹਿਲਾਂ ਇੱਥੇ ਫਰੀਦਕੋਟ ਹੋ ਕੇ ਹਟਿਆ, ਉਸ ਤੋਂ ਪਹਿਲਾਂ ਮੁਕਤਸਰ ਹੋਇਆ ਸੀਗਾ, ਸ਼ੋਆਂ ਨਾਲ ਵੀ ਕੀ ਲੱਗਦਾ ਵੀ ਲੋਕਾਂ ਦੇ ਵਿੱਚ ਰੁਝਾਨ ਵੱਧਦਾ ਭਰਾ ਇਸ ਤਰ੍ਹਾਂ? ਹਾਂਜੀ ਬਈ, ਪੂਰਾ ਹੀ ਵੱਧਦਾ ਗਿਆ ਇਸ ਚੀਜ਼ ਨਾਲ, ਪੂਰਾ ਨਵੇਂ ਬੰਦੇ ਜਾਂਦੇ ਆ ਤਾਂ ਸ਼ੌਂਕ ਪੂਰਾ ਹੀ ਉੱਠਦਾ ਬਈ ਸ਼ੋਆਂ 'ਤੇ ਜਾਣ ਨਾਲ। ਤੇ ਜੇ ਬਈ ਆਪਾਂ ਖਾਦ ਖੁਰਾਕ ਦੀ ਗੱਲ ਕਰੀਏ, ਅੱਜ ਕੱਲ੍ਹ ਜਿਵੇਂ ਅੱਗੇ ਗਰਮੀ ਦਾ ਮੌਸਮ ਆ ਗਿਆ, ਕਈ ਭਰਾ ਜਿਹੜੇ ਇਸ ਧੰਦੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਖਾਦ ਖੁਰਾਕ ਬਾਰੇ ਜ਼ਰੂਰ ਦੱਸੋ ਭਰਾ ਵੀ ਕਿਸ ਤਰ੍ਹਾਂ ਦੀ ਖੁਰਾਕ ਜਿਹੜੀ ਗਰਮੀ ਦੇ ਵਿੱਚ। ਹਾਂ ਹੁਣ ਬਈ ਆਪਾਂ ਜਿਵੇਂ ਹੁਣ ਬੱਕਲੀਆਂ ਪਾਉਂਦੇ, ਬਾਜਰੇ ਦੇ ਸੋਲ ਲੈਂਦੀਆਂ, ਹੁਣ ਬੰਦ ਕਰਤੀ, ਹੁਣ ਜੰਮੀ ਪਾਉਣੇ ਆ ਜੀ, ਹੁਣ ਜੰਮੀ ਭਿਉਂ ਕੇ ਹੁਣ ਜਦੋਂ ਮੂਹਰੇ ਆਹ ਅਪ੍ਰੈਲ ਮਈ 'ਚ ਨਾਲ ਜੰਮੀ ਦੇ ਜੌਂ ਪਾਉਣ ਲੱਗ ਜਾਂਗੇ ਭਿਉਂ ਕੇ ਬਈ, ਇੱਕ ਪਸ਼ੂ ਨੂੰ 2 ਕਿਲੋ ਡੇਲੀ ਦੇ ਜੀ। ਹਾਂ ਦੇਸੀ ਡਾਇਟ ਹੀ ਜ਼ਿਆਦਾ ਪਾਉਣੇ ਬਈ ਜੰਮੀ ਜਿਉਂ। ਠੀਕ ਆ ਭਰਾ। ਸੈਲਾਂ 'ਚ ਬਾਜਰਾ ਪਾ ਦੇਈਦਾ ਰਹਿੰਦਾ ਕਿ ਚੌਕਰ 'ਚ ਮਿਕਸ ਕਰਕੇ ਬਈ, ਜਾਂ ਸੋਲਾਂ ਦਾ ਛਿਲਕਾ ਭਿਉਂ ਕੇ ਪਾ ਦੇਈਦਾ ਜੀ। ਅਤੇ ਬਾਕੀ ਰਾਈਡਿੰਗ ਵਗੈਰਾ ਕਰਦੇ ਹਾਂ ਭਰਾ? ਹਾਂ ਬਈ, ਰਾਈਡਿੰਗ ਕਰਦੇ ਹਾਂ, ਆਪਾਂ ਕੋਲ ਪਹਿਲਾਂ ਘੋੜਾ ਸੀ ਬਈ, ਉਹਦੇ 'ਤੇ ਆਪਾਂ 30-35 ਕਿਲੋਮੀਟਰ ਰਾਈਡ ਕਰ ਲੈਂਦੇ ਸੀਗੇ। ਠੀਕ ਆ ਜੀ। ਹਾਂ ਹੁਣ ਘੋੜੀ 'ਤੇ ਕਰਦੇ ਹਾਂ ਬਈ, ਜਿਹੜੀ ਨੌਕਰੀ ਘੋੜੀ ਮਿਲਾਉਣ ਭੇਜੋ ਆ, ਉਹ ਬਹੁਤ ਵਧੀਆ ਤੁਰਦੀ ਆ, ਰੇਵੀਆ ਤੁਰਦੀ ਆ ਜੀ। ਹਾਂਜੀ। ਅਤੇ ਇਹ ਜਿਹੜੀ ਮਨਾਖੀ ਘੋੜੀ ਆ ਭਰਾ, ਇਹ ਹੁਣ ਗੱਭਣਾ ਕੇ ਖਾਂਦੇ? ਇਹ ਹਾਂ ਬਈ, ਇਹ ਮਲਾਈ ਹੋਈ ਆ, ਇਹਨੂੰ 10 ਕੁ ਦਿਨ ਹੋ ਗਏ ਮਲਾਈ ਨੂੰ, ਸਿਲੇ 'ਚ ਹੀ ਮਲਾਈ ਸੀ ਬਈ। ਠੀਕ ਹੈ ਜੀ। ਸੋ ਬੇਲੀਓ, ਬਾਈ ਗਗਨੇ ਦੇ ਜਾਨਵਰ ਆ ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ, ਬਾਈ ਗਗਨੇ ਦਾ ਫਾਰਮ ਕਿਸ ਤਰ੍ਹਾਂ ਦਾ ਲੱਗਿਆ, ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਇਓ। ਅਤੇ ਕੋਈ ਵੀ ਨਵਾਂ ਭਰਾ ਇਸ ਧੰਦੇ ਨਾਲ ਜੁੜਨਾ ਚਾਹੁੰਦਾ ਹੋਵੇ ਤਾਂ ਬਾਈ ਗਗਨੇ ਦਾ ਨੰਬਰ ਡਿਸਪਲੇ 'ਤੇ ਚੱਲ ਰਿਹਾ, ਜਦੋਂ ਮਰਜ਼ੀ ਤੁਸੀਂ ਬਾਈ ਨੂੰ ਕਾਲ ਕਰ ਸਕਦੇ ਹੋ। ਅਤੇ ਜੇ ਕਿਸੇ ਵੀ ਭਰਾ ਨੇ ਬਾਈ ਦਾ ਫਾਰਮ ਦੇਖਣ ਵਾਸਤੇ ਆਉਣਾ ਹੋਵੇ, ਜਾਨਵਰਾਂ ਦੀ ਜੇ ਕਿਸੇ ਵੀ ਭਰਾ ਨੇ ਡਿਟੇਲ ਲੈਣੀ ਹੋਵੇ ਤਾਂ ਜਦੋਂ ਮਰਜ਼ੀ ਪਿੰਡ ਮਹਾਰਾਜ ਦੇ ਵਿੱਚ ਤੁਸੀਂ ਆ ਸਕਦੇ ਹੋ। ਅਤੇ ਬਾਕੀ ਬਾਈ ਦਾ ਫਾਰਮ ਕਿਸ ਤਰ੍ਹਾਂ ਦਾ ਲੱਗਿਆ ਇਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਅਤੇ ਵੀਡੀਓ ਅੱਗੇ ਵੀ ਆਪਣੇ ਘੋੜੀਆਂ ਵਾਲੇ ਵੀਰਾਂ ਨਾਲ ਜ਼ਰੂਰ ਸ਼ੇਅਰ ਕਰਿਓ। ਅਤੇ ਬਹੁਤ ਬਹੁਤ ਧੰਨਵਾਦ ਬਾਈ ਗਗਨੇ, ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ, ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਾਈ। ਸੋ ਵੀਡੀਓ ਸ਼ੇਅਰ ਕਰ ਦਿਓ ਬਾਈ, ਜਿਉਂਦੇ ਵਾਸਤੇ ਰਹੋ, ਅੱਗੇ ਤੋਂ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ, ਤਦ ਤੱਕ ਲਈ ਰੱਬ ਰਾਖਾ।